ਸਤਿ ਸ਼੍ਰੀ ਅਕਾਲ ਦੋਸਤੋ, ਨਮਸਕਾਰ। ਤੁਸੀਂ ਦੇਖ ਰਹੇ ਹੋ ਜੰਗੇ ਸਮਾਚਾਰ। ਇਸ ਟਾਈਮ ਮੈਂ ਸਿਵਲ ਹਸਪਤਾਲ ਅਬੋਹਰ ਤੋਂ ਲਾਈਵ ਹਾਂ। ਇਹ ਵੀਡੀਓ ਕੇਵਲ ਅਤੇ ਕੇਵਲ ਜਾਗਰੂਕ ਕਰਨ ਵਾਸਤੇ ਬਣਾਈ ਜਾ ਰਹੀ ਹੈ। ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ ਗਰਮੀ ਦੇ ਮੱਦੇਨਜ਼ਰ ਆਪਦੇ ਬਜ਼ੁਰਗਾਂ ਦਾ, ਬੱਚਿਆਂ ਦਾ ਖਾਸ ਧਿਆਨ ਰੱਖਿਆ ਕਰੋ। ਇੱਕ ਵਿਅਕਤੀ ਦੀ ਗਰਮੀ ਲੱਗਣ ਕਰਕੇ ਜਿਹੜੀ ਹੈ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਪੰਜਪਿਰ ਨਿਵਾਸੀ ਹੈ, ਸੁਬਾ ਸਿੰਘ ਨਾਮ ਦਾ ਵਿਅਕਤੀ ਹੈ। ਕੱਲ੍ਹ ਦਸਤ ਦੀ ਗਰਮੀ ਕਰਕੇ ਦਸਤ ਲੱਗਿਆ, ਉਸ ਤੋਂ ਬਾਅਦ ਪਾਣੀ ਦੀ ਕਮੀ ਹੋ ਗਈ ਸਰੀਰ ਦੇ ਵਿੱਚ ਅਤੇ ਉਸ ਤੋਂ ਬਾਅਦ ਜਿਹੜੀ ਹੈ ਅੱਜ ਸਵੇਰੇ ਸਵੇਰੇ ਉਹਦੀ ਡੈਥ ਹੋ ਗਈ ਹੈ। ਤਾਂ ਇਹ ਵੀਡੀਓ ਮੰਗਵਾਉਣ ਦਾ ਇੱਕੋ ਹੀ ਮਕਸਦ ਹੈ, ਸਰਕਾਰ ਵੱਲੋਂ ਅਲਰਟ ਕੀਤਾ ਗਿਆ ਕਿ ਬਜ਼ੁਰਗਾਂ ਦਾ ਗਰਮੀ ਕਰਕੇ ਧਿਆਨ ਰੱਖਿਆ ਜਾਵੇ, ਜਿਹੜਾ ਪੀਣ ਵਾਲੇ ਪਾਣੀ ਦਾ ਧਿਆਨ ਰੱਖਿਆ ਜਾਵੇ, ਪਾਣੀ ਜਿਹੜਾ ਸਰੀਰ 'ਚ ਪੂਰਾ ਰਹਿਣਾ ਚਾਹੀਦਾ। ਇਹ ਡੈਥ ਜਿਹੜੀ ਹੈ ਗਰਮੀ ਕਰਕੇ ਹੋਈ ਹੈ ਅਤੇ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾਵਾਂ ਨਾ ਹੋਣ, ਇਹ ਸਰਕਾਰ ਵੱਲੋਂ ਵੀ ਅਲਰਟ ਕੀਤਾ ਗਿਆ ਅਤੇ ਗਰਮੀ 'ਚ ਆਪਦੇ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ। ਇੱਕ ਪੇਸ਼ੈਂਟ ਆਇਆ ਸੀ, ਕੀ ਮਾਮਲਾ ਹੈ ਥੋੜ੍ਹਾ ਥੋੜ੍ਹੀ ਦੱਸੋਗੇ? ਇਹ ਸਾਡੇ ਕੋਲ ਕੱਲ੍ਹ ਸ਼ਾਮ ਨੂੰ ਪੇਸ਼ੈਂਟ ਆਇਆ ਸੀ, ਸੂਬਾ ਰਾਮ, ਜੋ ਕਿ ਪੰਜਪਿਰ ਨਗਰ ਦਾ ਰਹਿਣ ਵਾਲਾ ਸੀਗਾ। ਇਹਨੂੰ ਅਸੀਂ ਕੱਲ੍ਹ ਦਾਖਲ ਕਰਿਆ ਸੀ, ਇਹਨੂੰ ਦਸਤ ਵਗੈਰਾ ਲੱਗੇ ਹੋਏ ਸੀਗੇ। ਦਸਤ ਦਾ ਕੀ ਕਾਰਨ ਸੀ? ਕੋਈ ਦਸਤ ਦਾ ਦੇਖੋ ਜੀ, ਗਰਮੀ ਵੀ ਹੋ ਸਕਦੀ ਹੈ, ਕੁਛ ਆਪਣਾ ਮੌਸਮ ਵੈਦਰ ਚੇਂਜ ਹੋ ਰਿਹਾ, ਉਹਦੇ ਕਰਕੇ ਗਰਮੀ ਕਰਕੇ ਵੀ ਹੋ ਰਿਹਾ ਅਤੇ ਖਾਣ ਪੀਣ ਕਰਕੇ ਵੀ ਹੋ ਸਕਦਾ। ਉਹਦਾ ਟ੍ਰੀਟਮੈਂਟ ਸਹੀ ਕੀਤਾ ਗਿਆ? ਟ੍ਰੀਟਮੈਂਟ ਸਾਡੇ ਵੱਲੋਂ ਡਾਕਟਰ ਵੱਲੋਂ, ਡਾਕਟਰ ਲਵਲੀ ਵੱਲੋਂ ਪੂਰਾ ਕਰ ਦਿੱਤਾ ਗਿਆ ਸੀਗਾ ਜੀ। ਹੁਣ ਕੀ ਮਤਲਬ ਕੀ ਹੋਇਆ ਉਹਨੂੰ? ਹੁਣ ਸੁਬਾਹ ਇਹਦੀ ਡੈਥ ਹੋਈ ਹੈ, ਸਾਡੀ ਕੰਪਲੇਂਟ ਇਹਦੇ ਕੋਲ ਲੋਸਟ ਆਈ ਸੀਗੀ ਅੱਜ ਸੁਬਾਹ ਅਰਲੀ ਮਾਰਨਿੰਗ। ਠੀਕ ਹੈ ਜੀ, ਠੀਕ। ਕੀ ਨਾਮ ਹੈ ਇਹਨਾਂ ਦਾ? ਸ੍ਰੀ ਸੁਬਾਹ ਰਾਮ। ਕੀ ਗੱਲ ਕੀ ਹੋਈ ਹੈ ਜੀ? ਲੂਜ ਮੌਸਮ ਲੱਗ ਗਏ ਸੀ, ਗਰਮੀ ਲੱਗ ਗਈ। ਅੱਛਾ, ਉਸੇ ਕਾਰਨ ਹੈ ਉਹ। ਪੇਸ਼ੈਂਟ ਦੀ ਡੈਥ ਹੋਈ ਹੈ, ਕੀ ਮਾਮਲਾ ਸੀਗਾ, ਕਿਸ ਕਦੋਂ ਆਇਆ ਸੀ ਪੇਸ਼ੈਂਟ ਤੁਹਾਡੇ ਕੋਲ? ਪੇਸ਼ੈਂਟ ਕੱਲ ਮੇਰੀ ਈਵਨਿੰਗ ਐਮਰਜੈਂਸੀ ਡਿਊਟੀ ਸੀ, ਮੈਂ ਡਾਕਟਰ ਲਵਲੀ ਬੋਲ ਰਹੀ ਹਾਂ, ਉਦੋਂ ਆਇਆ ਸੀ ਪੇਸ਼ੈਂਟ। ਪੇਸ਼ੈਂਟ ਦਾ ਨਾਮ ਸੀ ਸੁਬਾ ਸਿੰਘ। ਪੇਸ਼ੈਂਟ ਡਾਇਰੀਆ ਦੀ ਕੰਪਲੇਂਟ ਨਾਲ ਆਇਆ ਸੀ, ਪੇਸ਼ੈਂਟ ਨੂੰ ਲੂਜ਼ ਸਟੂਲ ਸੀ, ਹੀ ਡਿਡ ਨੋਟ ਵਾਂਟ ਟੂ ਐਡਮਿਟ ਗੈਟ ਐਡਮਿਟ, ਪਰ ਫਿਰ ਵੀ ਅਸੀਂ ਉਹਨੂੰ ਐਡਮਿਟ ਕੀਤਾ ਅਤੇ ਸਾਰਾ ਉਹਨੂੰ ਉਹਦਾ ਟ੍ਰੀਟਮੈਂਟ ਕੀਤਾ, ਉਹਨੂੰ ਐਡਮਿਟ ਕਰਕੇ ਫਿਰ ਉੱਪਰ ਸ਼ਿਫਟ ਕਰਤਾ ਸਾਰਾ ਫਸਟ ਏਡ ਦੇ ਕੇ, ਪਰ ਪੇਸ਼ੈਂਟ ਪਹਿਲਾਂ ਐਡਮਿਟ ਨਹੀਂ ਹੋਣਾ ਚਾਹੁੰਦਾ ਸੀ। ਬਸ ਇਹੀ ਹੈ ਕਿ ਸੁਬਾਹ ਪੇਸ਼ੈਂਟ ਇੱਕਦਮ ਸ਼ੌਕ ਚਲਾ ਗਿਆ, ਖਾਣ ਪੀਣ ਕਰਕੇ ਜਾਂ ਫਿਰ ਥੋੜੀ ਪੇਸ਼ੈਂਟ ਦੀ ਏਜ ਵੀ ਸੀ, ਇਸ ਕਰਕੇ ਇਹੀ ਹੈ ਕਿ ਓਲਡ ਏਜ ਪੇਸ਼ੈਂਟਸ ਦਾ ਜ਼ਿਆਦਾ ਤੋਂ ਜ਼ਿਆਦਾ। ਗਰਮੀਆਂ ਕਰਕੇ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ? ਜ਼ਿਆਦਾ ਤੋਂ ਜ਼ਿਆਦਾ ਆਪਾਂ ਨੂੰ ਫਲੂਇਡ ਲੈਣਾ ਚਾਹੀਦਾ ਹੈ ਅਤੇ ਖਾਣ ਪੀਣ ਦਾ ਅੱਛੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ, ਕੋਈ ਵੀ ਇਸ ਤਰ੍ਹਾਂ ਦਾ ਫੂਡ ਨਹੀਂ ਖਾਣਾ ਚਾਹੀਦਾ ਕਿ ਆਪਾਂ ਨੂੰ ਨੁਕਸਾਨ ਕਰੇ। ਕਿਹਾ ਜਾ ਸਕਦਾ ਉਹਨੂੰ ਫਰੈਸ਼ ਫੂਡ ਖਾਣਾ ਚਾਹੀਦਾ? ਕਿਹਾ ਜਾ ਸਕਦਾ ਉਹਨੂੰ ਗਰਮੀ ਕਰਕੇ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੈ? ਹੋ ਸਕਦਾ ਗਰਮੀ ਕਰਕੇ ਹੋਵੇ, ਕੀ ਪਤਾ ਕਦੋਂ ਦੇ ਡਾਇਰੀਆ ਸੀ, ਪਰ ਸਾਡੇ ਕੋਲ ਤਾਂ ਕੱਲ੍ਹ ਹੀ ਆਇਆ। ਠੀਕ ਹੈ, ਅਸੀਂ ਉਹਨੂੰ ਐਡਮਿਟ ਕਰ ਲਿਆ, ਪਰ ਹੋਣਾ ਨਹੀਂ ਚਾਹੁੰਦਾ ਸੀ, ਪਰ ਫਿਰ ਵੀ ਅਸੀਂ ਉਹਨੂੰ ਧੱਕੇ ਨਾਲ ਐਡਮਿਟ ਕੀਤਾ। ਠੀਕ ਹੈ, ਠੀਕ। ਮੈਡਮ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਗਰਮੀ ਦੇ ਮੱਦੇਨਜ਼ਰ, ਕਿਉਂਕਿ ਇੱਕ ਬਜ਼ੁਰਗ ਦੀ ਜਿਹੜੀ ਡੈਥ ਹੋਈ ਹੈ ਡਾਇਰੀਆ ਕਰਕੇ? ਹਾਂਜੀ, ਸਾਨੂੰ ਪਤਾ ਲੱਗਿਆ ਇੱਕ ਜਿਹੜੇ ਸ਼ਾਮ ਨੂੰ ਪੇਸ਼ੈਂਟ ਆਇਆ ਸੁਬਾਹ ਦਾ, 72 ਈਅਰਸ ਓਲਡ ਸੀ ਅਤੇ ਉਹ ਬਹੁਤ ਜ਼ਿਆਦਾ ਮਤਲਬ ਡਾਇਰੀਆ ਅਤੇ ਉਹਨੂੰ ਲੂਜ਼ ਮੋਸ਼ਨ ਸੀਗੇ। ਟਾਈਮ ਸਿਰ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਦੀ ਮੈਡੀਕਲੀ ਟ੍ਰੀਟਮੈਂਟ ਦਿੱਤੀ ਕਿ ਉਹ ਐਡਮਿਟ ਨਹੀਂ ਹੋਣਾ ਚਾਹੀਦਾ ਸੀ। ਡਾਕਟਰ ਲਵਲੀ ਸਾਡੇ PMO ਉਸ ਟਾਈਮ ਸੀ, ਉਹਨਾਂ ਨੇ ਉਹਨੂੰ ਐਡਮਿਟ ਕੀਤਾ ਅਤੇ ਪ੍ਰੋਪਰ ਉਹਨਾਂ ਦੀ ਟ੍ਰੀਟਮੈਂਟ ਕੀਤੀ ਹੈ, ਪਰ ਉਹ ਪੇਸ਼ੈਂਟ ਜਿਹੜਾ ਉਹ ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਕਿ ਬਿਲਕੁਲ ਟਾਈਮ 'ਤੇ ਆਇਆ ਕਿ ਉਹਦਾ ਡੀਹਾਈਡਰੇਸ਼ਨ ਹੋ ਚੁੱਕੀ ਸੀ, ਪ੍ਰੋਪਰ ਟ੍ਰੀਟਮੈਂਟ ਹੋਇਆ, ਪਰ ਉਹ ਪੇਸ਼ੈਂਟ ਨਹੀਂ ਬਚ ਸਕਿਆ।
ਪਰ ਇਹਦੇ ਵਿੱਚ ਅਸੀਂ ਇਹ ਲੋਕਾਂ ਨੂੰ ਕਹਿਣਾ ਚਾਹਾਂਗੇ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਰਮੀ 'ਚੋਂ ਬਾਹਰ ਨਾ ਨਿਕਲਿਆ ਜਾਏ ਅਤੇ ਵੱਧ ਤੋਂ ਵੱਧ ਜਿਹੜਾ ਹੈ ਤਰਲ ਪਦਾਰਥਾਂ ਦਾ ਪਾਣੀ ਦੀ ਸੇਵਨ ਕੀਤਾ ਜਾਏ, ਸ਼ਿਕੰਜਵੀ, ਨਿੰਬੂ ਪਾਣੀ, ਕੱਚੀ ਲੱਸੀ ਵਗੈਰਾ, ਅਤੇ ਬਜ਼ੁਰਗਾਂ ਦਾ ਖਾਸ ਕਰਕੇ ਇਸ ਗਰਮੀ 'ਚ ਧਿਆਨ ਰੱਖਿਆ ਜਾਏ।